अमरदास गुर त्यावंदी श्री गुरु रामदास गुर अर्जन विघ्नन के श्री हर गोविंद शुभ श्री हर राय जोरी नमो श्री हर कृष्ण तेग बहादुर परम श्री गुरु गोविंद अरंतर तर उन फन बंदों बार भगत वैराग गुरु ग्रंथ बंदों कर एकंकार दे प्रसाद वाहे गुरु बिगना वाहे गुरु जी की वाहेगुरु जी का खालसा वाहेगुरु जी की फतेह। एक ओंकार सतनाम करता पुरख निर्भो निर्वैर अकाल मूर्त जुनी सैभं गुर प्रसाद एक ओंकार सतनाम करता पुरख निर्भो निर्वैर अकाल मूर्त अजुनी सैभं गुर प्रसाद ओंकार सतनाम करता पुरख निर्भो निर्वैर अकाल मूर्त जुनी सैभं गुर प्रसाद एक ओंकार सतनाम करता पुरख निर्भो निर्वैर अकाल मूर्त अजुनी सैभं गुर प्रसाद एक ओंकार सतनाम करता पुरख निर्भो निर्वैर अकाल मूर्त अजुनी सैभं गुर प्रसाद एक ओंकार सतनाम करता पुरख निर्भो निर्वैर अकाल मूर्त अजुनी सैभं गुर
प्रसाद एको अंकार सतनाम करता पुरख निर्भय निर्वैर अकाल मूरत अर्जुनी सहं गुर प्रसाद वाहे गुरु 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 अल्ले अमरदास गुण तेरे अल्ले अमरदास गुण तेरे अल्ले अमरदास गुण तेरे अल्ले अमरदास गुण तेरे तेरी उपमा तोहे बण आवे तेरी उपमा तोहे बण आवे उपमा तोहे बण आवे तेरी उपमा तोहे बण आवे अल्ले अमरदास गुण तेरे अल्ले अमरदास गुण तेरे जुगो जुग टल चवर शत्र तख दे मालिक गुरु ग्रंथ साहिब महाराज जी तिना दी पावन गोद विच सज बैठी गुरु साहिब सिंह वाहिगुरु जी का खालसा।
ਸਵਖਤ ਮਾਈ ਪਾਈ ਗੁਰੂ ਰੂਪ ਸੰਗਤਾਂ ਨੂੰ ਅੱਜ ਗੁਰੂ ਅਮਰਦਾਸ ਮਹਾਰਾਜ ਦਾ ਗੁਰਤਗਰ ਦੀ ਦਿਵਸ ਹੈ। ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਨੇ ਬੜੀ ਮਿਹਰ ਕੀਤੀ ਖਾਸ ਕਰਕੇ ਇਸ ਡੱਲੇ ਦੀ ਧਰਤੀ ਤੇ ਜਿੱਥੇ ਆਪਾਂ ਬੈਠੇ ਹਾਂ। ਮਹਾਰਾਜ ਬੜੀ ਵਾਰੀ ਆਏ ਜੀ, ਕਿਉਂ? ਕਿਉਂਕਿ ਕਿੰਨਾ ਪਿਆਰ ਕੀਤਾ। ਪੂਰੇ ਹਿੰਦੁਸਤਾਨ ਦੇ ਵਿੱਚ 22 ਮੰਜੀਆਂ ਤੇ 22 ਚੋਂ 4 ਕੱਲਾ ਡੱਲਾ ਸਾਹਿਬ ਨੂੰ ਬੜੀ ਨਜ਼ਰੇ ਨਿਆਮਤ ਕੀਤੀ, ਬੜੀ ਮਿਹਰ ਕੀਤੀ। 4 ਮੰਜੀਆਂ ਇੱਕੇ ਸਥਾਨ ਤੇ ਦੇ ਦੇਣੀਆਂ। ਤਰਸ ਹੈ, ਵੱਡਾ ਤਰਸ। ਹੁਣ ਸ਼ਾਹ ਅੱਲਾ ਯਾਰ ਜਿਹੜਾ ਜਲੰਧਰ ਦਾ ਨਵਾਬ ਕਹਿੰਦੇ ਇਤਿਹਾਸ, ਤੇ ਜੇ ਉਹਨੂੰ ਮੰਜੀ ਮਿਲੀ ਤੇ ਉੱਥੇ ਵੀ ਜਾ ਸਕਦਾ, ਪਰ ਉਹ ਇੱਥੇ ਟਿਕਿਆ। ਭਾਈ ਪਾਰੂ ਜੀ ਪਰਮਹੰਸ, ਉਹਨਾਂ ਦੇ ਨਾਲ ਪ੍ਰੇਮ ਸੀ ਤੇ ਗੁਰਮੁਖੋ ਪ੍ਰੇਮ ਜੇ ਨਿਭਜੇ ਤੇ ਇਹਦੇ ਨਾਲ ਦੀ ਰੀਸ ਕੋਈ ਨਹੀਂ। ਮਹਾਰਾਜ ਵੀ ਕਹਿੰਦੇ ਜਿਨ ਪ੍ਰੇਮ ਕੀਓ, ਤੇ ਜਿੱਥੇ ਪਿਆਰ ਵਿੱਚ ਬਾਣੀ ਉਚਾਰੀ ਗਈ, ਇੱਕ ਸਵਈਆ ਭੱਟ ਸਾਹਿਬ ਜੀ ਦਾ, ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਅੰਦਰੋਂ ਧੂ ਪਈ, ਕਿੰਨੇ ਕੁ ਅੰਦਰੋਂ ਸਤਿਕਾਰ ਬਣਿਆ ਗੁਰੂ ਅਮਰਦਾਸ ਦੀ, ਉਹਨਾਂ ਨੇ ਸ਼ਰਧਾ ਪੇਸ਼ ਕੀਤੀ। ਉਹ ਕਹਿੰਦੇ ਘਨ ਹਰ ਬੂੰਦ ਬਸੋ ਰੋ ਮਾਵਲਾ, ਕੁਸਮ ਬਸੰਤ ਗਨੰਤ ਨਾ ਆਵੇ। ਕਹਿੰਦੇ ਵੀ ਜਦੋਂ ਮੀਂਹ ਪੈਂਦਾ ਹੈ ਤੇ ਮੀਂਹ ਦੇ ਵਿੱਚ ਜਿਹੜੀਆਂ ਬੂੰਦਾਂ ਜਿਹੜੀਆਂ ਕਣੀਆਂ ਡਿੱਗਦੀਆਂ ਨੇ ਧਰਤੀ ਤੇ, ਉਹਨਾਂ ਦੀ ਕੋਈ ਗਿਣਤੀ ਕਰ ਸਕਦਾ? ਬੋਲੋ ਨਹੀਂ। ਕਹਿੰਦੇ ਇਸੇ ਤਰ੍ਹਾਂ ਬਸੰਤ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਆ, ਕੁਸਮ ਬਸੰਤ ਗਨੰਤ ਨਾ ਆਵੇ, ਬਸੰਤ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਉਹਨਾਂ ਦੀ ਕੋਈ ਗਿਣਤੀ ਕਰ ਸਕਦਾ? ਨਹੀਂ। ਫਿਰ ਉਹ ਕਹਿੰਦੇ ਰਵ ਸਸ ਕਿਰਨ ਉਧਰ ਸਾਗਰ, ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕੋਈ ਗਿਣ ਸਕਦਾ? ਕਹਿੰਦੇ ਨਹੀਂ। ਗੰਗ ਤਰੰਗ ਅੰਤ ਕੋ ਪਾਵੇ, ਕਹਿੰਦੇ ਗੰਗਾ ਦੀਆਂ ਲਹਿਰਾਂ ਤਰੰਗਾਂ ਦੀ ਕੋਈ ਗਿਣਤੀ ਕਰ ਸਕਦਾ? ਰੁਦਰ ਧਿਆਨ ਗਿਆਨ ਸਤਿਗੁਰ ਕੋ ਕਵ ਜਨ ਪਹਲ ਉਨਹਿ ਜੋ ਗਾਵੇ। ਕਿੱਥੇ ਬੈਠੇ ਪਾਠ ਸਾਹਿਬ, ਕਿੰਨੀ ਪਿਆਰ ਹੋਵੇਗਾ। ਉਹਨਾਂ ਨੇ ਕਿੱਡੀ ਵੱਡੀ ਉਦਾਹਰਨ ਲਈ। ਉਹ ਕਹਿੰਦੇ ਮੀਂਹ ਪਿਆ ਤੇ ਕਣੀਆਂ ਜਿਹੜੀਆਂ ਗਿਣ ਸਕਦਾ ਕੋਈ, ਸਮੁੰਦਰ ਦੀਆਂ ਲਹਿਰਾਂ ਗਿਣੀਆਂ ਜਾ ਸਕਦੀਆਂ ਤਰੰਗਾਂ ਗੰਗਾ ਦੀਆਂ, ਸੂਰਜ ਤੇ ਚੰਦਰਮਾ ਦੀ ਚਾਨਣੀ ਮਾਪੀ ਜਾ ਸਕਦੀ ਹੈ। ਕਹਿੰਦੇ ਸ਼ਿਵਜੀ ਵਰਗਾ ਧਿਆਨ ਨਹੀਂ ਕਿਸੇ ਦਾ, ਉਹਦੀ ਸੁਰਤ ਵਿੱਚ ਹੀ ਸਾਰਾ ਕੁਝ ਹੈ। ਕਹਿੰਦੇ ਇਹਨਾਂ ਚੀਜ਼ਾਂ ਸਮਾਧੀ ਸ਼ਿਵਜੀ ਵਰਗੀ ਕਿਸੇ ਦੀ ਨਹੀਂ। ਕਹਿੰਦੇ ਇਹਨਾਂ ਦਾ ਫਿਰ ਵੀ ਅੰਤ ਪਾਇਆ ਜਾ ਸਕਦਾ ਹੈ, ਪਰ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੀ ਉਪਮਾ। ਕਹਿੰਦੇ ਮਹਾਰਾਜ ਗੁਰੂ ਅਮਰਦਾਸ ਜੀ, ਤੁਹਾਡੀ ਉਪਮਾ ਤੁਹਾਨੂੰ ਹੀ ਸੋਭਦੀ ਹੈ। ਤੁਹਾਡੇ ਚ ਕਿੰਨੇ ਕੁ ਗੁਣ ਨੇ ਇਹ ਕੋਈ ਦੱਸ ਨਹੀਂ ਸਕਦਾ, ਤੇ ਬਾਕੀ ਨਹੀਂ ਦੱਸ ਸਕਦਾ ਗੁਰਮੁਖੋ। ਜਿਸ ਪੁਰਸ਼ ਦੇ ਕੋਲ ਗੰਗਾ ਖੁਦ ਚੱਲ ਕੇ ਆਈ ਗੋਇੰਦਵਾਲ, ਕੌਣ ਹੋਣਗੇ ਆਪਣੇ ਸਤਿਨਾਮ? ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦਾ ਕੋਈ ਚਿਹਰਾ ਵੇਖ ਲੈਂਦਾ ਨਾ, ਤੇ ਜਿਹੜਾ ਪਦਾਰਥ ਮੰਗਦਾ ਉਹਦੀ ਝੋਲੀ ਭਰ ਜਾਂਦੀ। ਆਓ ਥੋੜ੍ਹੇ ਜਿਹੇ ਸਵਈਆਂ ਦੀ ਬਾਣੀ ਦੇ ਦਰਸ਼ਨ ਕਰਕੇ ਫਿਰ ਗੁਰ ਇਤਿਹਾਸ। ਅੱਜ ਦਾ ਵਿਸ਼ਾ ਹੈ ਗੁਰੂ ਅਮਰਦਾਸ ਜੀ ਦਾ ਗੁਰਤਗਰ ਦੀ ਦਿਵਸ। ਧੰਨ ਮੇਰੇ ਪਾਤਸ਼ਾਹ ਜੀ, ਪਤਾ ਨਹੀਂ ਕਿੰਨੀ ਕੁ ਕਾਇਨਾਤ ਦਾ ਭਲਾ ਕੀਤਾ। ਸਾਖੀ ਬਾਅਦ ਚ ਸੁਣਾਉਣੇ ਆ ਵੀ ਕਿੱਦਾਂ ਕਿੱਦਾਂ ਉਹਨਾਂ ਦਾ ਜੀਵਨ
गुरु साहब का कौन जीवन सुना सकता। ये जिहड़ा गुर इतिहास हुंदा ना संगत जी, ये भावना नाल लिखिया हुंदा। हुण एडा किहड़ा सी जिहड़ा 12 बजे उठ के ते गुरु अमरदास दे नाल जांदा रहा, जदों जल लैण जांदे सी। एक भावना नाल लिखिया इतिहास आ। ते किहड़ा मारे दे नाल सौंदा सी ना, उहदी उपमा नहीं कोई जाण सकदा। ये ते साखी जिहड़े मौजूदा सिख सी, जिदा हुण आपां नूं पता ही है वी बाबा जी कौन चौर करदे, प्रसाद कौन वरतौंदा, जां किहड़ी किहड़ी संगत आउंदी है ना, कौन की सेवा करदा, आपां हाजर हां। उदों जिहड़े हाजर लिखारी सी थोड़ा थोड़ा इतिहास लिखदे रहे हन। वो फिर सारा इतिहास हौली हौली इकट्ठा किया गया है। धन मेरे गुरु अमरदास जी, बाकी गल दी गल, इस धरती नूं मारे ने बड़ा प्यार किया, बड़ा ही ज्यादा प्रेम किया इस धरती दे जिथे अज बैठे हाँ। आओ महाराज दे गुण गाइए, सतनाम श्री गुरु अमरदास परसिए महाराज सच्चे पातशाह जी कहिंदे, मेरे गुरु अमरदास महाराज जिन्हां दा कोई नाम लवे ना प्यार दे नाल प्रेम दे नाल, ते कहिंदे ओहम पातक बिनासै, कि गुरु अमरदास जी दे नाम विच ही इन्नी ताकत है कि जेडे आपां पाप कीते ना घोर पाप, ते मारे सच्चे पातशाह कहिंदे पड़ साहिबान जी बड़ी श्रद्धा भावना दे विच आके कहिंदे किसी बंदे दा नाम लो ते बद्दी छुड़दी, वड्डे ऑफिसर दा नाम लो। कहिंदे गुर अमरदास परसी है, कहिंदे जिन्ने गुरु अमरदास जी दे चरण फड़ लै ओदी जिंदगी दे घोर पाप नस गए, खत्म हो गए। हुण इस पंगती नूं जे दुनियावी तौर ते आपां समझणा ते फिर आपां नूं साखी सुनाउणी पवेगी कि एक कोड़ी जिहदा नाम सी प्रेमा, उहदे कोल जमीन बहुत है, पैसा बहुत होण करके ते उहने पुठे सिद्धे काम बहुत कीते, क्योंकि माया बंदे नूं अन्ना कर दिंदी बोला, ते कोई कारण बन गया पिछले अगले कर्म कट्ठे हो के गल पै गए। जदों 10 बंदे कल्ले दे गल पै जाण ते उहनूं टाह लैंदे आखो वह गए। अज भी दुनिया च बहुत ज्यादा लोग दुखी ने। दुखी क्यों ने? कहणगे बाबा जी सारा कुछ ही गल पै गया, किधरे टीवी निकल आई, किधरे कैंसर हो गया, किधरे शूगर भी नाल ही आ गया, दौरा भी पै गया। गुरमुखो ये सच्चाई, जे जदों बुरे कर्म पिछले अगले कट्ठे होके गल पैंदे ते बंदे नूं टाल लैंदे, ये पता कोई नहीं लगता कदों की बन जाना। शुक्र करिया करो, लख लख शुक्र करिया करो। नेत्र पुनीत भय दर्श देखे माथे परो रवाल, कहिंदे महाराज रोज आईदा तेरी संगत दे दर्शन करी दे आ, ते तेरे लगे चंदोए दे तेरे सरूप दे दर्शन करके ते नेत्र ठंडे हो जाते। नेत्र पुनीत भय दर्श देखे, कि महाराज जदों अखां ना तेरी संगत नूं ते तेरे दर्शन करी दे ते अखां राही ओह हिरदे च प्यार जांदा ते सारा हिरदा जिहड़ा मचिया पिया कोले वांगू ठंडा ठार हो जांदा। सच्चे पातशाह गरीब नवाज दया दे सागर सतगुरु, जदों कर्म कट्ठे हो जांदे ना ओह बंदे दे गल पै जांदे, बंदा मंजी ते पै जांदा, ओहदे गल पै गए कर्म, ओहदे पैर नूं कोड़ होया, वाधा वाधा लत नूं बाहवां नूं सारा शरीर ही गल गया। जदों शरीर गल गया ते वैदां हकीमां ने आख्या वैद कहै होहीं भला दारू मेरे वस, ए तो वस्त गोपाल की जब पावे ले। बड़े बड़े मंत्री बीमार होंदे ते डॉक्टर जेडे जेडे कहिंदे ना असीं रब नूं मंनदे नहीं, असीं नहीं पाठ नूं जाणदे, जदों फिर डॉक्टर फाइल बनाउंदे ओह कहिंदे इहनूं घरे लै जाओ, साडे वसों बाहर हो गया है, इहदी सेवा कर लो, वाहिगुरू भली करेगा। ओह वी इह शब्द कहिंदे वाहिगुरू इहनूं लै जाओ, हुण परमात्मा दे आसरे अरदास करो। यदा मतलब डॉक्टर भी हाथ खड़े करके इशारा किया इधर,
ਜਿਹੜੇ ਬੰਦੇ ਨੂੰ ਸਾਰੀ ਜ਼ਿੰਦਗੀ ਰੱਬ ਦਾ ਵਿਰੋਧ ਕੀਤਾ ਹੋਵੇ ਉਹਨੂੰ ਡਾਕਟਰ ਵੀ ਕਹਿ ਦੇਣ ਵੀ ਜਾਓ ਰੱਬ ਦਾ ਨਾਂ ਲਓ ਅਰਦਾਸ ਹੀ ਆ, ਹੁਣ ਤੇ ਉਹ ਬੰਦੇ ਨੂੰ ਬੜਾ ਔਖਾ ਲੱਗਦਾ। ਤੇ ਕਬੀਰ ਸਾਹਿਬ ਨੇ ਆਖਿਆ ਵੀ ਵੈਦਾਂ ਨੇ ਵੀ ਜਵਾਬ ਦੇ ਤਾ, ਉਹ ਵੀ ਅਖੀਰ ਤੇ ਕਹਿੰਦੇ ਦੀ ਸੇਵਾ ਹੀ ਕਰ ਲਓ। ਸੇਵਾ ਪਤਾ ਹੀ ਹੁੰਦਾ ਵੀ ਦਿਨ ਗਿਣੋ ਕਿੰਨੇ ਕੁ ਰਹਿ ਗਏ, ਅੱਖੋ ਵੇ ਸੇਵਾ ਸੁਭਾ ਤੇ ਕੀ ਕਰਨੀ, ਦਿਨ ਹੀ ਗਿਣਦੇ ਆਪਾਂ, ਕਿਉਂਕਿ ਮੰਜੀ ਤੇ ਕਿਸੇ ਨੂੰ ਸਾਂਭਣਾ ਪਤਾ ਕਿੰਨਾ ਔਖਾ। ਤੋ ਇਸ ਕਰਕੇ ਉਹਨਾਂ ਵੈਦਾਂ ਕੋ ਦਿਖਾਇਆ ਕੋੜੀ ਪ੍ਰੇਮੇ ਨੂੰ, ਤੇ ਉਹਨਾਂ ਆਖਿਆ ਵੀ ਇਹਦੀ ਬਿਮਾਰੀ ਏਡੀ ਮਾੜੀ ਜੇ ਜਿਹੜਾ ਇਹਦੇ ਲਾਗੇ ਰਹੂ ਉਹ ਵੀ ਰਗੜਿਆ ਜਾਊ। ਸੁਖ ਮੈਂ ਵਾ ਸੰਗੀ ਪਏ ਦੁਖ ਮੈਂ ਕੋ ਨਾਨਕ ਹਰ ਅੰਤ ਸਹਾਈ। ਜਿਹੜੇ ਪ੍ਰੇਮੇ ਸ਼ਾਹ ਨੂੰ ਜੱਫੀਆਂ ਪਾਉਂਦੇ ਸੀ ਟੇਬਲਾਂ ਤੇ ਬਹਿ ਕੇ ਗੱਲ ਨਾ ਲੱਗਦੇ ਹੀ, ਅੱਜ ਪਤਾ ਲੱਗਾ ਵੀ ਵੈਦ ਨੇ ਕਹਿਤਾ ਇਹਦੀ ਬਿਮਾਰੀ ਮਾੜੀ ਸਾਰੇ ਛੱਡ ਗਏ। ਇੱਥੋਂ ਤੱਕ ਕਿ ਮੁੰਡੇ ਨੌਵਾਂ ਪੁੱਤਾਂ ਨੇ ਵੀ ਆਖਿਆ ਵੀ ਇਹਨੂੰ ਕਿਤੇ ਆਖੋ ਇਹਦੇ ਦੂਜਿਆਂ ਨੂੰ ਵੀ ਲੈ ਪਊ। ਉਹਨਾਂ ਫਿਰ ਜੰਗਲ 'ਚ ਛੱਡਤਾ ਜੀ ਇੱਕ ਕੱਖਾਂ ਦੀ ਕੁਟੀਆ 'ਚ, ਜੋ ਇਤਿਹਾਸ 'ਚ ਲਿਖਿਆ। ਉੱਥੇ ਹੱਥ ਝੜ ਗਏ, ਉਂਗਲਾਂ ਝੜ ਗਈਆਂ ਕੋੜਨਾ, ਤੇ ਉਹ ਕੌਲਾ ਰੱਖਿਆ ਵਾ ਤੇ ਦੂਰੋਂ ਰੋਟੀ ਪਾਣੀ ਸੁੱਟ ਆਉਂਦੇ ਆ। ਇਹ 450 ਸਾਲ ਪਹਿਲਾਂ ਦੀ ਕਥਾ ਵਾ, ਕਿਉਂਕਿ ਹੁਣ ਤੇ ਬਹੁਤ ਸਹੂਲਤਾਂ ਵਾ, ਉਦੋਂ ਏਡੀ ਗੱਲਬਾਤ ਨਹੀਂ ਸੀ ਕੋਈ। ਜਿੱਦਾਂ ਕਰੋਨਾ ਚੱਲਿਆ ਸੀ ਸਮਝ ਲਓ ਉਸ ਵੇਲੇ ਦਾ ਉਹ ਕਰੋਨਾ ਹੀ ਸੀ, ਕੋੜ ਛੂਤ ਦਾ ਰੋਗ ਸੀ। ਅੱਜ ਵੀ ਡਾਕਟਰ ਕਹਿੰਦੇ ਜਿਹੜਾ ਬੰਦਾ ਬੁਖਾਰ ਖੰਘ ਦਾ ਇਨਫੈਕਸ਼ਨ ਉਤੋਂ ਦੂਰ ਰਹੋ, ਕੀਟਾਣੂ ਹੁੰਦੇ ਆ ਉਹਨੂੰ ਉੱਥੇ ਸੁੱਟ ਦਿੱਤਾ, ਤੇ ਹੁਣ ਉਹ ਪਾਪ ਜਿਹੜੇ ਸੀ ਕਰਮ ਇਕੱਠੇ ਹੋ ਗਏ ਉਹਨਾਂ ਢਾਲਿਆ, ਤੇ ਹੁਣ ਕੀ ਕਰਦਾ ਪਾਪੀ ਪਾਪਕ ਕਰਦੇ ਹਾਏ ਹਾਏ ਉਹਦੀ ਕੁੱਲੀ ਚੋਂ ਹਾਏ ਹਾਏ ਮਰ ਗਿਆ ਦੀ ਆਵਾਜ਼ ਆ ਰਹੀ ਹੈ। ਸਾਖੀ ਕਰ ਲਿਖਦਾ ਉੱਥੋਂ ਸੰਗਤ ਲੰਘੀ, ਸੰਗਤ ਦੇ ਗਲ 'ਚ ਢੋਲਕੀ ਚਿਮਟੇ ਤੇ ਕਾਫੀ 25-40-30 ਜਾਣੇ ਸ਼ਬਦ ਪੜ੍ਹਦੇ ਜਾਣ ਥਿਰ ਕਰ ਵੈਸ ਦੁਸ਼ਟ ਦੂਤ ਅੰਮ੍ਰਿਤ ਨਿਰਭਉ ਗਾਉ ਬਾਣੀ ਸਾਰੇ ਸ਼ਰਨ ਪਰੇ ਸ਼ਰਨ ਪਰੇ ਗੁਰਮੁਖੋ ਸੱਚੀ ਗੱਲ ਮੈਨੂੰ ਭਾਪਾ ਜੀ ਵੱਲ ਵੇਖ ਕੇ ਚੇਤਾ ਆ ਗਿਆ। ਸਰਦਾਰ ਗੁਰਮੁਖ ਸਿੰਘ ਚੌਰ ਸਾਹਿਬ ਕਰਦੇ ਇਹਨਾਂ ਦਾ ਵੀ ਦੋਹਰਾ ਜਨਮ ਹੋਇਆ ਜੀ, ਇਹ ਵਾਹਵਾ ਦਿਨ ਆਏ ਨੀ ਤੇ ਮੈਂ ਕਿਹਾ ਕਿਤੇ ਗਏ ਸਨ, ਬਾਹਰ ਚਲੇ ਗਏ ਹੋਣੇ ਤੇ ਆਪਾਂ ਮਿਲਣ ਗਿਆ ਤੇ ਸਰੀਰ ਇੱਦਾਂ ਸੁੱਕ ਗਿਆ। ਕਹਿੰਦੇ ਅਗਲੇ ਬੰਨੇ ਉਹ ਆ ਗਏ ਆ, ਇਹਦਾ ਮਤਲਬ ਅਜੇ ਸੇਵਾ ਤੇ ਅੱਜ ਵੇਲੋ ਉਹ ਹੀ ਚਿਹਰਾ ਸਭ ਕੁਝ ਦੋਹਰਾ। ਇਹ ਸੰਗਤ ਅੱਜ ਵੀ ਆ, ਇਹ ਪੁਰਾਣੀਆਂ ਸਾਖੀਆਂ ਨੀ, ਅੱਜ ਵੀ ਅੱਜ ਉਹ ਵੀਰ ਕਨੇਡਾ ਚ ਇੱਥੇ ਲੋਈਆਂ ਦੇ ਹੀ ਉਹਦੀ ਜਵਾਨੀ। ਉਹਨੇ ਕਿਹਾ ਬਾਬਾ ਜੀ ਮੇਰੀ ਸਿੰਘਣੀ ਨੂੰ ਚਮੜੀ ਦਾ ਰੋਗ ਹੋ ਗਿਆ, ਮੈਂ ਚੰਡੀਗੜ੍ਹ PGI ਤੱਕ ਦਵਾਈ ਖਵਾਈ ਜਿੱਥੇ ਕੋਈ ਕਹਿ ਦੇ ਰਾਜੀ ਨਾ ਹੋਵੇ।
ਇਹ ਮੈਂ ਬੜਾ ਪਰੇਸ਼ਾਨ ਗੁਰਮੁਖੋ, ਜਹਿਮਤ ਕਰਜ਼ਾ ਕਚਹਿਰੀ ਬਿਮਾਰੀ ਇਹ ਰੀਜਾਂ ਰੱਬ ਕਰਕੇ ਕਿਸੇ ਨੂੰ ਲੱਗ, ਇਹ ਬੰਦੇ ਨੂੰ ਕੱਖਾਂ ਤੋਂ ਲੱਗ। ਤਾਂਹੀਓ ਤੁਹਾਨੂੰ ਕਹਿੰਦੇ ਰਹੀਦਾ ਵੀ ਜਿਹਨੂੰ ਤੰਦਰੁਸਤੀ ਆ ਨਾ, ਕਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਾ ਆਖਿਆ ਕਰੋ ਮੈਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ। ਸਭ ਤੋਂ ਵੱਡੀ ਤੰਦਰੁਸਤੀ ਆ ਜਿਹਦੇ ਕੋਲ ਇਹ ਬਾਦਸ਼ਾਹ ਹੀ। ਆਹੋ ਦੋ ਪ੍ਰਸ਼ਾਦੇ ਛਕਣੇ ਆ, ਸੌਣਾ ਹੀ ਆ, ਭੁੰਜੇ ਸੌ ਜਾਓ ਮੰਜੀ ਦੇ। ਆਹ ਮੰਜੀ ਆ, ਹੁਣ ਸਟੇਜ ਆ ਨਾ, ਇਹ ਚਾਂਦੀ ਦੀ ਹੋਵੇ ਤਾਂ ਵੀ ਕਥਾ ਘੰਟਾ ਹੀ ਹੋਣੀ, ਇਹ ਸੋਨੇ ਦੀ ਸੰਗਤ ਬਣਾ ਦੇ ਤਾਂ ਵੀ ਘੰਟਾ ਕਥਾ ਕਰਨੀ, ਇਹ ਲੱਕੜ ਦਾ ਵਾ ਤਾਂ ਵੀ ਗੱਲ ਤੇ ਕਥਾ ਦੀ ਆ, ਮੰਜੀ ਦੀ ਤੇ ਗੱਲ ਹੀ ਨਹੀਂ, ਗੱਲ ਜ਼ਿੰਦਗੀ ਚ ਸਕੂਨ ਦੀ ਆ। ਅਸੀਂ ਜਿੰਨੇ ਪੰਗੇ ਲਏ ਨਾ ਆਪਾਂ ਸਾਰਿਆਂ, ਆਪਾਂ ਪੰਗਿਆਂ ਕਰਕੇ ਪਰੇਸ਼ਾਨ। ਜਿਹੜਾ ਕੰਮ ਇੱਕ ਚੀਜ਼ ਨਾਲ ਸਰਦਾ ਅਸੀਂ ਦਸ ਦਸ ਰੱਖੀਆਂ, ਤੇ ਖਰਚਾ ਤੇ ਹੋਣਾ ਹੀ ਆ ਕੋਈ ਸੱਤ ਨਾਲ। ਹੁਣ ਜਿੰਨੇ ਘਰ ਚ ਜੀ ਓਨੀਆਂ ਗੱਡੀਆਂ, ਓਨੀਆਂ ਸਕੂਟਰੀਆਂ, ਓਨੇ ਮੋਟਰਸਾਈਕਲ, ਓਨੇ ਸਿਲੰਡਰ, ਓਨੇ ਟੀਵੀ, ਤੇ ਫਿਰ ਮੁੜ ਕੇ ਕਹਿੰਦੇ ਤੰਗੀ ਹੋ ਗਈ। ਸੋਚੋ ਨਾ, ਅੱਗੇ ਇੱਕੋ ਗੱਡਾ ਸੀ, ਸਾਰਾ ਟੱਬਰ ਪਾ ਕੇ ਬਾਪੂ ਨੇ ਕਹਿਣਾ ਤੱਤਾ ਤੱਤਾ ਪੈਰ ਪੈਰ, ਤੇ ਉਹ ਸਿੰਘ ਕਹਿੰਦਾ ਵੀ ਮੈਂ ਪਰੇਸ਼ਾਨ ਤੇ ਬਾਬਾ ਜੱਗਾ ਜੀ ਮਹਾਂਪੁਰਖ ਕਹਿੰਦਾ ਮੈਨੂੰ ਮਿਲੇ, ਤੇ ਮੈਂ ਆਖਿਆ ਬਾਬਾ ਜੀ ਕੋਈ ਸਾਡੇ ਤੇ ਵੀ ਤਰਸ ਕਰੋ, ਮੈਂ ਤੇ ਉੱਜੜ ਚੱਲਿਆ ਵਾਂ, ਨਾ ਕੋਈ ਰੋਗ ਲੱਭਦਾ। ਤੇ ਕਹਿੰਦੇ ਬਾਬਾ ਜੀ ਇੱਦਾਂ ਹੀ ਕਹਿੰਦੇ ਹੁੰਦੇ ਆ, ਉਹ ਬਾਲੀ ਸਾਹਿਬ ਨੂੰ ਉਹ ਵੀ ਬੜਾ ਪਿਆਰ ਕਰਦੇ, ਕਿਤੇ ਵੀ ਉਹਨਾਂ ਦਾ ਡਰਾਈਵਰ ਕਹਿੰਦਾ ਬਾਬਾ ਜੀ ਹੁਣ ਉਹਨਾਂ ਕਹਿਣਾ ਬਾਲੀ ਸਾਹਿਬ ਲੈ ਜਾਓ ਇੱਥੋਂ ਫੁਲਕਾ। ਕਹਿੰਦਾ ਮੈਨੂੰ ਮਹਾਂਪੁਰਖ ਕਹਿੰਦੇ ਪੰਜ ਐਤਵਾਰ ਨਾ ਬਾਲੀ ਸਾਹਿਬ ਚ ਇਸ਼ਨਾਨ ਕਰਾ ਦਿੰਦਾ। ਕਹਿੰਦਾ ਮੈਂ ਸਿੰਘਣੀ ਨੂੰ ਆਖਿਆ, ਸਿੰਘਣੀ ਥੋੜੀ ਜਿਹੀ ਅੜਬ ਸੀ, ਉਹ ਅੱਗੋਂ ਆਂਦੀ ਆਵੇ ਹੱਥ ਜੋੜੇ, ਇੰਨੀ ਇੰਨੀ ਮਹਿੰਗੀ ਦਵਾਈ ਖਾ ਲਈ ਆ, ਤੇ ਉੱਥੇ ਪਾਣੀ ਚ ਨਹਾਉਣਾ। ਉਹ ਕਹਿੰਦਾ ਕਮਲੀਏ ਪਾਣੀ ਨਾ ਕਹੀਂ, ਉਹ ਬਾਣੀ ਹੈ, ਉਹਦੇ ਹੱਥੀਂ ਟੱਪ ਲਾਇਆ ਗੁਰੂ ਅਰਜਨ ਸਾਹਿਬ ਨੇ, ਭਾਈ ਛਾਲੋ ਜਿੰਨੇ ਪਾਥੀਆਂ ਵੰਡੇ ਪੁੱਤ ਵੰਡੇ ਸੀ ਨਾ, ਉਸ ਮਹਾਂਪੁਰਖ ਨੇ ਇਸ ਬੌਲੀ ਦੀ ਕਾਰ ਸੇਵਾ ਕਰਾਈ ਦੇ। ਤੇ ਬਾਬਾ ਬੁੱਢਾ ਜੀ ਇੱਥੇ ਆਏ, ਪਹਿਲੀ ਟੋਕਰੀ ਉਹਨਾਂ ਚੱਕੀ ਆ। ਕਹਿੰਦਾ ਏਦਾਂ ਨਾ ਕਹੀਂ, ਵੇਖੀ ਕਿਤੇ ਸਾਧੂ ਦੇ ਵਜਨੀ। ਤੇ ਉਹ ਕਹਿੰਦਾ ਵੀ ਨਾਲ ਲਿਆ ਮੈਂ ਤੇ ਦੋ ਕੁ ਤੇ ਉਹਨੇ ਕੀਤੇ ਰੋਂਦਿਆਂ ਧੋਂਦਿਆਂ, ਸੱਚੀ ਗੱਲ। ਕਹਿੰਦਾ ਮੂੰਹ ਜਿਹਾ ਵਿੰਗਾ ਕਰੇ, ਮੈਂ ਕਿਹਾ ਤੁਰ ਪੈ, ਕਿਉਂਕਿ ਭਗਤਾਂ ਤੇ ਸਾਰੀਆਂ ਜਦੋਂ ਬੰਦਾ ਦੁਖੀ ਹੋਵੇ ਉਹਨੂੰ ਕਥਾ ਕੁਥਾ ਨੀ ਚੰਗੀ ਲੱਗਦੀ, ਨਾ ਉਹਨੂੰ ਗੁਰਦੁਆਰਾ ਹੀ, ਉਹ ਤੇ ਗਾਲਾਂ ਕੱਢਦੇ ਆ ਮਾਰੇ। ਕਹਿੰਦੇ ਨਾ ਉਹ ਮਰੇ ਨਾ ਹੋਵੇ ਸੋਗ, ਗੁਰੂ ਸਾਹਿਬ ਨੂੰ ਕੋਈ ਉਸਤਤ ਕਰੀ ਜਾਵੇ। ਹੁਣ ਕਈ ਸੰਗਤਾਂ ਰੋਜ਼ ਫੁੱਲ ਚੜਾਉਂਦੀਆਂ ਤੇ ਕਈ ਬਾਹਰ ਖੜੋ ਕੇ ਮਾਰੇ ਨੂੰ ਮਾੜਾ ਚੰਗਾ ਵੀ ਕਹਿੰਦੀ, ਉਹਨੂੰ ਕੋਈ ਫਰਕ ਨਹੀਂ, ਉਹ ਦਿੰਦਾ ਰਹੇ ਨਾ, ਉਹ ਸਾਰਿਆਂ ਨੂੰ ਰਿਜਕ ਦਿੰਦਾ, ਪਾਪੀ ਨੂੰ ਵੀ, ਚੋਰ ਨੂੰ ਵੀ, ਕਮਲੇ ਨੂੰ ਵੀ, ਡਾਕੂ ਨੂੰ ਵੀ, ਮਾਰੇ ਫਰਕ ਨਹੀਂ ਪਾਉਂਦੇ। ਕਹਿੰਦਾ ਦੋ ਕੁ ਜਦੋਂ ਇਸ਼ਨਾਨ ਕੀਤੇ ਤੇ ਖਾਰ ਛੱਡ ਗਈ, ਮੈਨੂੰ ਆਂਦੀ ਮਾਫ ਕਰਿਓ ਮੈਨੂੰ ਫਰਕ ਪੈ ਗਿਆ। ਕਹਿੰਦਾ ਫਿਰ ਦੇਖ ਕਰਾ ਕੇ ਤੇ ਨਾਲੇ ਸੁਖਮਣੀ ਸਾਹਿਬ ਪੜ੍ਹਨਾ ਇੱਥੇ। ਕਹਿੰਦਾ ਪੰਜਾਂ ਦੇ ਵਿੱਚ ਕਿਰਪਾ ਹੋ ਗਈ, ਇਸ ਵੇਲੇ ਉਹ ਸਰੀ ਦੇ ਵਿੱਚ ਆ ਕੈਨੇਡਾ ਚ, ਤੇ ਕਈ ਵਾਰ ਫੋਨ ਆਉਂਦਾ ਹੁੰਦਾ ਤੇ ਸੇਵਾ ਵੀ ਭੇਜਦੇ ਰਹਿੰਦੇ। ਤੇ ਕਹਿਣ ਦਾ ਭਾਵ ਆ ਵੀ ਅੱਜ ਵੀ ਕਿਰਪਾ ਹੈਗੀ, ਗੁਰਮੁਖ ਹੱਥ ਜੋੜ ਕੇ ਕਹਿੰਦੇ ਆ ਅਜੇ ਵੀ ਪ੍ਰੇਮਾ ਕੋੜੀ ਪਹਿਲਾਂ ਨੀ, ਅੱਜ ਵੀ ਕਈ ਕੋੜੇ ਰਾਜੀ ਹੁੰਦੇ ਹਨ। ਤੇ ਉਸ ਵੇਲੇ ਕਹਿੰਦੇ ਜਦੋਂ ਬਾਣੀ ਪੜ੍ਹੀ ਤੇ ਉਸ ਕੋੜੇ ਨੇ ਗੁਰੂ ਅਮਰਦਾਸ ਮਹਾਰੇ ਦੇ ਘਰ ਨੂੰ ਜਾਂਦੀ ਸੰਗਤ ਨੂੰ ਤਰਲਾ ਲਿਆ, ਤਰਲਾ। ਕਹਿੰਦਾ ਮੈਨੂੰ ਵੀ ਲੈ ਜਾਓ, ਮੈਨੂੰ ਵੀ ਉੱਥੇ ਲੈ ਜਾਓ, ਸਾਰੇ ਡਰਨ ਵੀ ਇਹਨੂੰ ਤੇ ਘਰ ਦੇ ਨੀ ਪੁੱਛਦੇ, ਤੇ ਕੋਈ ਬਾਬੂ ਬਲਵੀਰ ਸਿੰਘ ਵਰਗੀ ਰੂਹ ਤਰਸ ਕਰ ਗਈ। ਉਹਨੇ ਕਿਹਾ ਕੁਛ ਨੀ, ਜੇ ਇਹਦੀ ਬਿਮਾਰੀ ਲੱਗਣੀ ਤੇ ਲੱਗ ਹੀ ਜਾਣੀ। ਉਹਨੇ ਮੋਢਿਆਂ ਤੇ ਚੱਕਿਆ ਤੇ ਲੈ ਆਂਦਾ ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ। ਬੋਲੋ ਵਾਹਿਗੁਰੂ। ਗੁਰਮੁਖੋ ਅੱਜ ਵੀ ਮੈਂ ਮੁੱਕਰਦਾ ਨਹੀਂ ਹੁੰਦਾ ਲਾਈਵ ਚੱਲਦਾ, ਇੱਥੇ ਬੰਦੇ ਨੂੰ ਲੱਗਦੀ ਨਹੀਂ। ਆਹ ਇੱਥੇ ਆਉਂਦੇ ਆ ਬੈਠੀ ਕੁੜੀ ਆ, ਮੈਨੂੰ ਨਾ ਚਾਰ ਦਿਨ ਪਹਿਲਾਂ, ਮੈਂ ਸੱਚੀ ਗੱਲ ਮੁੱਕਰਦਾ ਨਹੀਂ, ਇਹਨੇ ਮੈਨੂੰ ਬੜਾ, ਮੈਂ ਨਾ ਮੈਨੂੰ ਕਹਿੰਦੀ ਮੈਂ ਬੇਰ ਸਾਹਿਬ ਜਾਣਾ, ਮੈਂ ਕਿਹਾ ਮੇਰਾ ਨਹੀਂ ਟਾਈਮ, ਉੱਥੇ ਤੂੰ ਗਵਾਚ ਜਾਣਾ, ਪਤਾ ਨਹੀਂ ਕੀ ਖੇਡ ਸੀ, ਮੈਂ ਜਾਣਾ ਇਹ ਤੇ ਮੇਰੇ ਮਗਰ ਕਮਰੇ ਤੱਕ। ਮੈਂ ਕਿਹਾ ਤੈਨੂੰ ਸੁਣਦਾ ਨਹੀਂ ਪੰਜਾਬੀ, ਮੈਂ ਤੇਰੇ ਚਪੇੜ ਮਾਰੂ ਰੱਖ ਕੇ, ਤੂੰ ਲਹੂ ਪੀ ਜਾਣੀ, ਮੇਰਾ ਕਿਤੇ ਨਹੀਂ ਜਾਣਾ ਜੂਣਾ। ਮੈਂ ਆਪ ਸ਼ਬਦ ਬੋਲੇ ਗੁਰੂ ਸਾਹਿਬ ਸਾਹਮਣੇ,
ਮੈਂ ਨਹੀਂ ਖੜਿਆ, ਮੈਂ ਆਖਿਆ ਵੀ ਉੱਥੇ ਇਹਨੂੰ ਸਮਝ ਨਹੀਂ ਆ, ਉੱਥੇ ਮੈਂ 100 ਜ਼ਿੰਦਗੀ ਦੇ ਕੰਮ ਕਾਰ ਹਾਂ, ਇਹਨੂੰ ਕਿੱਥੇ ਛੱਡੂੰਗਾ। ਮਹਾਰਾਜ ਕਹਿੰਦੇ ਨੇ ਪੁੱਤ ਖੜੋ ਜਾ। ਪਰਸੋਂ ਰਾਤ ਫਿਰ ਸਮਾਗਮ ਸੀ ਰਾਤ ਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰੇ ਦਿਖਾਏ ਮੈਨੂੰ ਤਾਰੇ। ਪਿੱਛੋਂ ਅਮਲੀ ਆਇਆ ਫੁੱਲ 100 ਦੀ ਸਪੀਡ ਤੇ ਸਿੱਧਾ ਗੱਡੀ ਦੇ ਵਿੱਚ, ਪਿੱਛੋਂ ਸਾਰੀ ਭੰਤੀ ਭੰਤੀ 35-40 ਹਜ਼ਾਰ ਦਾ ਨੁਕਸਾਨ ਕੀਤਾ, ਤੇ ਜੇ ਉਹ ਮਰ ਜਾਂਦਾ ਤੇ ਫਿਰ ਉਦੋਂ ਵੀ ਜ਼ਿਆਦਾ ਹੋ ਜਾਣਾ। ਇੰਨਾ ਵੀ ਉਹ ਵੱਜ ਕੇ ਡਿੱਗ ਕੇ ਉਹਨੂੰ ਚੱਕ ਚੁੱਕ ਲਿਆ, ਵੱਜ ਗਿਆ। ਮੈਂ ਅੱਖੀ ਤਾਰੇ ਵੇਖੇ ਤੇ ਮੈਂ ਕਿਹਾ ਮਹਾਰਾਜ ਕੋਈ ਪਤਾ ਨਹੀਂ ਕਿਹੜੇ ਰੰਗਾਂ 'ਚ ਕਿੱਥੇ ਫਿਰਦਾ, ਵੀ ਜੇ ਸੁਲਤਾਨਪੁਰ ਲੈ ਜਾਂਦੇ ਖਰੇ 200 ਦਾ ਤੇਲ ਬਚਣਾ, ਮੈਂ ਠਟਕਾ ਲਿਆਉਂਦਾ। ਪਰ ਗਲਤੀ ਕਰ ਲਈ ਨਾ, ਦੌਕਾ ਮਾਰਤਾ। ਮਹਾਰਾਜ ਕਹਿੰਦੇ ਨੇ ਖੜੋ ਜਾ, ਫਿਰ ਤੈਨੂੰ ਦਿੰਨੇ ਮਸਾਲਾ। ਅੱਜ ਵੀ ਪ੍ਰਤੱਖ ਵਰਤਦਾ ਜੇ ਭਰਾਵਾ, ਹੱਥ ਜੋੜ ਕੇ ਮਾਫੀ ਮੰਗਦੇ, ਨਾਨਕ ਨਾਮ ਚੜ੍ਹਦੀ ਕਲਾ। ਅੱਜ ਵੀ ਖੇਡਾਂ ਵਰਤਦੀਆਂ ਇਸ ਘਰ 'ਚ, ਕਿਤੇ ਮਤਾ ਸੋਚਿਓ ਪੁਰਾਣੀਆਂ ਕਥਾ। ਜਦੋਂ ਉਹਨੂੰ ਲੈ ਆਉਂਦਾ ਜੀ ਗੋਇੰਦਵਾਲ, ਤੇ ਉੱਥੇ ਬਿਠਾ ਦਿੱਤਾ, ਸਰੀਰ ਗਲਿਆ, ਅੰਦਰ ਤੇ ਜਾਣਾ ਨਹੀਂ ਸੀ ਸੰਗਤ 'ਚ। ਤੇ ਉਹਨੇ ਕੀ ਕੀਤਾ, ਗਿਆਨੀ ਗਿਆਨ ਸਿੰਘ ਜੀ ਤਵਾਰੀ ਗੁਰੂ ਖਾਲਸਾ, ਬੜੇ ਵਿਦਵਾਨਾਂ ਨੇ ਲਿਖਿਆ, ਕਹਿੰਦੇ ਉਹ ਬਾਹਰ ਬਹਿ ਗਿਆ ਤੇ ਜਿੱਥੋਂ ਸੰਗਤ ਲੰਘਦੀ ਸੀ ਨਾ, ਉੱਥੋਂ ਇੱਦਾਂ ਧੂੜ ਲਿਆ ਕਰੇ ਤੇ ਇੱਦਾਂ ਪਿੰਡੇ ਤੇ ਲਾਈ ਜਾਵੇ, ਨਾਲੇ ਕਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ, ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਏਦਾਂ ਧੂੜ ਲਾ ਲਾ ਕੇ ਨਾ ਉਹਦੇ ਜ਼ਖਮਾਂ ਤੇ ਅੰਗੂਰ ਆ ਗਿਆ, ਅੰਗੂਰ ਆ ਗਿਆ। ਤੇ ਉਹ ਇੱਕ ਸ਼ਬਦ ਪੜ੍ਹਨ ਲੱਗ ਪਿਆ ਜੋ ਭਾਈ ਸਾਹਿਬ ਨੇ ਲਿਖਿਆ ਪੋਥੀ 'ਚ, ਗਿਆ ਪਿਛੋਟਾ ਲਾਦਾ ਫੇਰ, ਆਪਣੀ ਬੋਲੀ। ਇਹ ਗੱਲ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਤੱਕ ਪਹੁੰਚੀ ਵੀ ਕੋਈ ਕੋਹੜੀ ਆ, ਬੜੇ ਦਿਨ ਹੋ ਗਏ ਤੇ ਉਹ ਇੱਕ ਸ਼ਬਦ ਪੜ੍ਹਦਾ ਗਿਆ ਪਿਛੋਟਾ ਲਾਦਾ ਫੇਰ, ਵੀ ਇਹਦਾ ਕੀ ਅਰਥ ਆ। ਤੇ ਮਹਾਰਾਜ ਨੂੰ ਜੇ ਪਤਾ ਸੀ ਸਤਿਗੁਰੂ ਹੱਸ ਪੈ, ਮਹਾਰਾਜ ਕਹਿੰਦੇ, ਉਹ ਕਹਿੰਦਾ ਵਾ ਵੀ ਸਰੀਰ ਗਿਆ ਸੀ, ਦੋਰੇ ਮਿਲ ਗਿਆ ਖੋ ਸਤਨਾਮ, ਗਲ ਗਿਆ ਸੀ ਸਰੀਰ, ਗਿਆ ਹੋਇਆ ਵਾਪਸ ਆ ਗਿਆ। ਮਹਾਰਾਜ ਕਹਿੰਦੇ ਹੁਣ ਉਹਦੀ ਭਗਤੀ ਪੂਰੀ ਸੰਗਤ ਦੇ ਜੋੜਿਆਂ 'ਚ ਬੈਠਾ, ਜਾਓ ਲਿਆਓ। ਉਹਨੂੰ ਚੁੱਕ ਕੇ ਅੰਦਰ ਲਿਆਂਦਾ ਬੌਲੀ ਸਾਹਿਬ ਦੇ ਵਿੱਚੋਂ ਗੋਇੰਦਵਾਲ, 84 ਪੌੜੀਆਂ। ਜਿੱਦਣ ਕਲ ਟੁੱਟਾ ਸੀ ਨਾ, ਉਦਣ ਵਿਸਾਖੀ ਸੀ, ਸਭ ਤੋਂ ਪਹਿਲੀ ਵਿਸਾਖੀ ਗੋਇੰਦਵਾਲ ਦੀ ਧਰਤੀ ਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਚਮਕਦੀ ਕਿ ਭਾਈ ਪਾਰੋ ਜੀ ਪਰਮਹੰਸ ਡੱਲੇ ਵਾਲਿਆਂ ਕਹਿ ਕੇ ਮਨਾਈ ਸੀ। ਆਖੋ ਸਤਿ, ਕਿੱਡਾ ਵੱਡਾ ਇਤਿਹਾਸ ਆ। ਤੇ ਉਸ ਦਿਨ ਫਿਰ ਮਹਾਰਾਜ ਸਾਹਿਬ ਨੇ ਵਰ ਵੀ ਦਿੱਤੇ ਵੀ ਜਿਹੜਾ 84 ਪਾਠ ਕਰੂ ਭਾਵਨਾ ਨਾਲ ਇਸ਼ਨਾਨ ਕਰਕੇ ਉਹਦੀ 84 ਕੱਟੀ ਜਾਓ। ਤੇ ਉੱਥੋਂ ਜਲ ਲਿਆਂਦਾ, ਜਲ ਲਿਆ ਕੇ ਉਹਨੂੰ ਇਸ਼ਨਾਨ ਕਰਾਇਆ ਕੋੜੀ ਨੂੰ। ਇਹ ਉਦੋਂ ਦੀ ਕਥਾ ਤੇ ਆ, ਮੈਂ ਹੁਣ ਜਿਹੜੀ ਸੁਣਾਈ ਪਰਿਵਾਰ ਬਾਹਰ ਹੈ, ਇਹ ਆਪਣੇ ਲਾਗੇ ਦੀ ਹੈ, ਜਿੰਨਾ ਕੁ ਜਿਵੇਂ 4 ਮਹੀਨਿਆਂ ਦੀ। ਕਹਿਣ ਦੇ ਮੁਰਾਦ, ਸਾਧ ਸੰਗਤ ਜੀ ਉਹਨੂੰ ਇਸ਼ਨਾਨ ਕਰਾ ਕੇ ਤੇ ਜਪਜੀ ਸਾਹਿਬ ਦਾ ਪਾਠ ਪੜ੍ਹਾਇਆ ਪਿੱਛੇ ਪਿੱਛੇ। ਇੱਕ ਸਿੰਘ ਦੀ ਡਿਊਟੀ ਲਾਈ, ਭਾਈ ਬੱਲੂ ਜੀ ਵਰਗੇ ਸਿੱਖ ਸੀ, ਉਹਨੂੰ ਕਹਿੰਦੇ ਬੋਲ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਬ, ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾ, ਭੁੱਖਿਆ ਭੁੱਖ ਨਾ ਉਤਰੀ, ਭੁੱਖਿਆ ਪਾਠ ਨਹੀਂ ਕਰਨਾ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਪੁਰੀਆਂ ਨਹੀਂ ਕਹਿਣਾ ਪੁਰੀਆ ਪਹਾਰ, ਸਹਿਸ ਸਿਆਣਪਾ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਾਰਾ ਜਪਜੀ ਸਾਹਿਬ ਇੱਦਾਂ ਪੜ੍ਹਾਇਆ। ਤੁਸੀਂ ਕਦੇ ਕੋਸ਼ਿਸ਼ ਕੀਤੀ ਕਿਸੇ ਨੇ, ਬੱਚੇ ਸਕੂਲੇ ਪੜ੍ਹਦੇ, A4 ਐਪਲ, ਕਿਉਂ ਪਤਾ, B4 ਬੈਗ,
ਸੀ ਫੋਰ ਕੈਟ, ਡੀ ਫੋਰ ਡੋਗ ਤੇ ਜਵਾਕ ਨਿਕੇ ਜੀ ਨੂੰ ਕਿੰਨਾ ਕੁਝ ਆ ਜਾਂਦਾ ਜਦੋਂ ਆਪਾਂ ਯਤਨ ਹੀ ਨੀ ਕਰਦੇ। ਬਾਬੇ ਨੂੰ ਕਹਿੰਦੇ ਹੁਣ ਬਾਬਾ ਕੀ ਕਰੇ, ਨਿਤਨੇਮ ਕਰੇ, ਕਥਾ ਕਰੇ, ਬਾਹਰ ਜੀ ਪਾਲਣੇ ਜਾਵੇ, ਛਾਮਾਂ ਨੂੰ ਆਵੇ। ਤੁਸੀਂ ਥੋੜਾ ਜਿਹਾ ਮਿਹਨਤ ਕਰੋ, ਤੁਸੀਂ ਪੜ੍ਹੇ ਲਿਖੇ ਆ, ਆਪਦੇ ਘਰੇ ਬੱਚੇ ਨੂੰ ਇੱਕ ਜਪਜੀ ਸਾਹਿਬ ਪਿੱਛੇ ਪਿੱਛੇ ਰੋਜ਼ ਦਾ ਪੜ੍ਹਾ ਦਿਓ, ਚੌਪਈ ਸਾਹਿਬ ਪੜ੍ਹਾ ਦਿਓ, ਆਖੋ ਸਤਨਾਮ। ਕਰ ਸਕਦੇ ਕਿ ਨਹੀਂ? ਕਰ ਸਕਦੇ ਹਾਂ, ਪਰ ਜੇ ਜਵਾਕ ਆਖੇ ਲੱਗਣ ਚੱਕਰ ਤੇ ਆ ਵੀ ਦਾਦੀ ਕਹਿੰਦੀ ਆ ਜਾ ਪੁੱਤ ਪਾਠ ਕਰੀਏ, ਤੇ ਨੌਂ ਕਹਿੰਦੀ ਜਾ ਬੁਰੜੀ ਵਿਹਲੀ ਆ, ਬੀਬੀ ਨੂੰ ਕੰਮ ਕਾਰ ਨੀ, ਮੇਰੇ ਮੁੰਡੇ ਨੇ ਟਿਊਸ਼ਨ ਤੇ ਜਾਣਾ, ਸਕੂਲੋਂ ਆਇਆ ਅਸੀਂ ਪਤਾ ਕੈਨੇਡਾ ਜਾਣਾ ਵਾ, ਉੱਥੇ ਜਾ ਕੇ ਘਰ ਬਣਾਉਣੇ, ਪਾਠ ਕਰੋ ਇੱਥੇ। ਸੱਚੀ ਗੱਲ, ਬੀਬੀ ਵਿਚਾਰੀ ਕਹਿੰਦੀ ਸੋਰੀ, ਵੈਰੀ ਵੈਰੀ ਸੋਰੀ। ਕਹਿੰਦੀ ਬੁਰੜੀਏ ਦੋ ਰੋਟੀਆਂ ਖਾਣੀਆਂ ਤੇ ਬੰਦਿਆਂ ਨੂੰ ਖਾਲਾ, ਨਹੀਂ ਤੇ ਭਾਜਾ ਕੁੜੀ ਕੋਲੇ, ਮੇਰੇ ਜਵਾਕ ਨੀ ਖਰਾਬ ਕਰਨੇ, ਇਹਨਾਂ ਨੂੰ ਬਿਲਕੁਲ ਪਾਠ ਨੀ ਸਿਖਾਉਣਾ, ਅੱਜ ਆ ਹਾਲਾਤ ਨੇ, ਇਹਨਾਂ ਨੂੰ ਵਾਹਿਗੁਰੂ। ਉਹ ਇੱਥੋਂ ਤੱਕ ਬੈਣ ਲਾਇਆ ਨਾ, ਜਿਹੜੀ ਦਾਦੀ ਦੇ ਗੋਡੇ ਘਸ ਕੇ ਪੈਰ ਸੁੱਕ ਕੇ ਬਾਲੀ ਸਾਹਿਬ ਮਹਾਰਾਜ ਪੋਤਰਾ ਦੇ ਮਹਾਰਾਜ ਘਰ ਚ ਜੜ ਲੱਗੇ, ਤੇ ਅੱਜ ਉਹ ਦਾਦੀ ਵਿਚਾਰੀ ਤਰਸਦੀ ਪੋਤੇ ਨੂੰ ਕੋਲੇ ਬਹਿਣ ਹੀ ਦਿੰਦੇ। ਇੱਕ ਸੱਚ ਕੌੜਾ ਲੱਗੂ, ਲਾਈਵ ਸੁਣਦੀ ਸੰਗਤ ਸੱਚ ਹੈ, ਇਹ ਵਿਚਾਰੀਆਂ ਮੰਗਦੀਆਂ ਰਹਿ ਗਈਆਂ, ਤੇ ਜਦੋਂ ਪੋਤੇ ਹੋਏ ਫਿਰ ਪੜ੍ਹਨੇ ਪਾ ਦੇ, ਫਿਰ ਟਿਊਸ਼ਨ ਤੌਰ ਤੇ, ਫਿਰ ਬਾਹਰ ਭੇਜ ਤੇ, ਦਾਦੀ ਰਹਿ ਗਈ ਬੂਹੇ ਚ ਬੈਠੀ। ਆਖੋ ਵਾਹਿਗੁਰੂ। ਤਾਂ ਮਹਾਰੇ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਾਇਆ, ਜਪਜੀ ਸਾਹਿਬ ਪੜ੍ਹਾਇਆ ਤੇ ਪ੍ਰੇਮੇ ਹੋਣੀ ਰਾਜੀ ਹੋਏ, ਤੇ ਬਾਹਰ ਚ ਕਹਿੰਦੇ ਜਾਣਾ ਨੀ ਘਰ ਨੂੰ, ਦੋਵੇਂ ਹੱਥ ਖੜੇ ਕਰਕੇ ਕਹਿੰਦਾ ਦਵਾਈ ਰੱਬ ਦੀ, ਜਗਤ ਮੈਂ ਝੂਠੀ ਦੇਖੀ। ਮਾਰੇ ਕਹਿੰਦੇ ਤੇਰਾ ਪੈਲੀ ਬੰਨਾ ਬਹੁਤ ਭਾਜਿਆ ਘਰੇ ਕੰਮ ਕਰ। ਕਹਿੰਦਾ ਕਿਹੜਾ ਘਰ? ਉਹਨਾਂ ਤੇ ਚੌਕੇ ਬਾਹਰ ਕੱਢਤਾ, ਮੇਰੇ ਤੋਂ ਡਰਨ ਲੱਗ ਪਏ ਸੀ, ਤਾਤਿਆ ਤੇਰੀ ਸੰਗਤ ਨੇ ਮੈਨੂੰ ਬਚਾਇਆ ਹੀ, ਤੇ ਤੁਸੀਂ ਮੈਨੂੰ ਗੱਲ ਨਾ ਲਾਇਆ, ਤੇ ਹੁਣ ਜਿੰਨੇ ਸਾਹ ਮੇਰੇ ਹੈਗੇ ਨਾ, ਹੁਣ ਤੇਰੇ ਘਰ ਚ ਸੰਗਤਾਂ ਦੀ ਸੇਵਾ ਕਰਦਿਆਂ ਤੇ ਤੇਰੀ ਸੇਵਾ ਕਰਦਿਆਂ ਬਤੀਤ ਹੋ ਜਾਣਗੇ। ਤੇ ਮਹਾਰਾਜ ਨੇ ਉਹਨੂੰ ਮੰਜੀ ਬਖਸ਼ਿਸ਼ ਕੀਤੀ। ਇਹਨਾਂ ਮੰਜੀਆਂ ਚ ਉਹਦਾ ਵੀ ਜ਼ਿਕਰ ਆਉਂਦਾ, ਮੰਜੀ ਦੇ ਕੇ ਕਹਿੰਦੇ ਲੈ ਫਿਰ ਨਹੀਂ ਘਰ ਨੂੰ ਜਾਣਾ, ਨਾਮ ਜਪ ਤੇ ਸੰਗਤਾਂ ਨੂੰ ਜਪਾ, ਸੇਵਾ ਕਰ ਤੇ ਸੰਗਤਾਂ ਨੂੰ ਕਰਾ, ਇਹ ਤੇਰੀ ਜ਼ਿੰਦਗੀ ਦਾ ਮਨੋਰਥ ਹੈ, ਜਿਹੜਾ ਤੇਰੇ ਪਿਆਰ ਦੀ ਕਥਾ ਵੀ ਸੰਗਤ ਨੂੰ ਸੁਣਾਊਗਾ ਉਹਦਾ ਵੀ ਬੇੜਾ ਬੰਨੇ ਲਾ ਦਾਂਗੇ, ਤੇ ਜਿਹੜੀਆਂ ਸੰਗਤਾਂ ਸੁਣਨਗੀਆਂ ਉਹਨਾਂ ਦਾ ਵੀ ਲਾ ਦਾਂਗੇ। ਗੁਰਮੁਖੋ ਸੱਚੀ ਗੱਲ, ਅਜੇ ਤੇ ਇੱਕ ਸਾਖੀ ਸੁਣਾਈ ਹੈ ਤੇ ਸਮਾਂ ਆਪਣਾ ਨੇੜੇ, ਗੁਰੂ ਅਮਰਦਾਸ ਦੇ ਜੀਵਨ ਦਾ ਬਹੁਤ ਵੱਡਾ ਇਤਿਹਾਸ। ਅੱਜ ਮਹਾਰਾਜ ਨੇ ਮਿਹਰ ਕੀਤੀ ਕਿ ਆਪਣਾ ਵੀ ਕੋਹੜ ਦੂਰ ਹੋ ਜੇ। ਦੋ ਤਰ੍ਹਾਂ ਦਾ ਕੋਹੜ ਹੁੰਦਾ ਜੀ, ਬੋਲੋ ਵਾਹਿਗੁਰੂ। ਮਸਕੀਨ ਜੀ ਕਹਿੰਦੇ ਵੀ ਇੱਕ ਸਰੀਰ ਦਾ ਕੋਹੜ ਹੈ, ਇੱਕ ਪਿੰਡ 'ਚ ਇੱਕ ਦੋ ਬੰਦੇ ਹੋਣਗੇ ਅਵਲ ਤੇ ਨਹੀਂ ਸਰੀਰ ਦੇ ਕੋਹੜ ਵਾਲੇ ਇਸ ਵੇਲੇ, ਤੇ ਬਾਕੀ ਕਹਿੰਦੇ ਇੱਕ ਮਨ ਦਾ ਕੋਹੜ ਹੁੰਦਾ। 60% ਵਿੱਚੇ ਮੈਂ ਤੁਹਾਡਾ, ਤੁਹਾਨੂੰ ਪਤਾ ਹੋਊ, 60% 100 ਦੇ ਵਿੱਚੋਂ ਵੀ ਕਵਾਂ ਬਲ ਤੇ 80% ਅੱਜ ਦੀ ਡਿਟੇਲ ਵਿੱਚ ਉਹ ਇਨਸਾਨ ਧਰਤੀ ਤੇ ਰਹਿ ਰਹੇ ਜਿਹੜੇ ਬਾਹਰੋਂ ਤੇ ਬਹੁਤ ਸੋਹਣੇ ਆ ਪਰ ਅੰਦਰ ਚ ਕੋੜੇ ਆ, ਜਿਨ੍ਹਾਂ ਦੇ ਮਨ ਚ ਕੋੜ ਰਹਿੰਦਾ ਸਦਾ ਵੀ ਕਿਸੇ ਨੂੰ ਵੇਖ ਕੇ, ਕਿਸੇ ਦੇ ਬੱਚੇ ਕਮਾਈ ਕਰਨ, ਕਿਸੇ ਦੇ ਘਰ ਸੋਹਣੀ ਨੌਂ ਧੀ ਆ ਜੇ, ਕੋਈ ਚਾਰ ਭਰਾਵਾਂ ਦਾ ਪਿਆਰ ਹੋਵੇ, ਮੇਥੋਂ ਤਾਂ ਨਹੀਂ ਜਰਿਆ ਜਾਂਦਾ। ਇਹਨੂੰ ਕਹਿੰਦੇ ਮਨ ਦਾ ਕੋੜ। ਕਿਸੇ ਦੀ ਦੁਕਾਨ ਜ਼ਿਆਦੀ ਚੱਲੇ ਮੈਂ ਵੀ ਨਹੀਂ ਜਰ ਸਕਦਾ, ਕਿਸੇ ਦਾ ਪਰਿਵਾਰ ਚੰਗਾ ਹੋਵੇ ਮੈਂ, ਕਿਸੇ ਦੀ ਨੌਂ ਸੇਵਾ ਕਰਦੀ ਸਿਮਰਨ ਤੇ ਮੈਨੂੰ ਉਹ ਵੀ, ਇੱਥੋਂ ਤੱਕ ਮੈਂ ਵੇਖਿਆ ਤੁਸੀਂ 10 ਦਿਨ ਗੁਰਦੁਆਰੇ ਆ ਜਾਓ ਤੁਹਾਡੇ ਲਾਗੇ ਵਾਲੇ ਪਰੇਸ਼ਾਨ ਹੋ ਜਾਣਗੇ ਵੀ ਇਹ ਉੱਠਦਾ ਕਿਉਂ ਤੜਕੇ, ਇੱਥੋਂ ਤੱਕ ਬੁਰੇ ਹਾਲ ਹੈ ਕੀ ਗੁਰਦੁਆਰੇ ਆਉਣ ਤੋਂ ਵੀ ਅੰਦਰੋਂ ਵੀ ਨਾ ਹੀ ਜਾਣ, ਅਜੇ ਰੱਬਾ ਮਿਹਰ ਕਰੀ। ਇਹਨੂੰ ਮਸਕੀਨ ਸਾਹਿਬ ਕਹਿੰਦੇ ਮਨ ਦੇ ਕੋੜ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਦੀਦੇ, ਲੋਕਾਂ ਨੂੰ ਨਹੀਂ ਦੀਦੇ। ਸੋ ਮਹਾਰਾਜ ਅਰਦਾਸ ਕਰਿਓ ਸਾਡੇ ਗਰੀਬਾਂ ਤੇ ਵੀ ਮਿਹਰ ਕਰਨ। ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ, ਥੋੜੀ ਜਿਹੀ ਆਪਾਂ ਨੂੰ ਵੀ ਅੱਜ ਮਿਲ ਗਈ ਲੱਕੜਾਂ ਆਈਆਂ, ਆਪਾਂ ਵੀ ਕਰਨੀ ਆ, ਹੁਕਮ ਹੋਇਆ ਕਿਤੇ ਭਾਗਾਂ ਨੇ ਮਿਲੀ ਚਿਰ ਬਾਅਦ, ਤੇ ਆਪਾਂ ਵੀ ਕਰਨੀ ਥੋੜੀ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਗੁਰੂ ਅਮਰਦਾਸ ਪਰਸੀ ਹੈ ਕੋਹਮ ਪਾਤਕ ਬਿਨਾਸ ਹੈ, ਕਿ ਗੁਰੂ ਅਮਰਦਾਸ ਮਹਾਰਾਜ ਜੀ
ਜਿਹੜੇ ਤੇਰੇ ਚਰਨ ਪਰਸਦੇ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਹਨ। ਕਹਿੰਦੇ ਛੇ ਜਤੀ ਨੌ ਨਾਥ 84 ਸਿੱਧ ਵੀ ਤਰਸਦੇ ਆ ਕਿਤੇ ਗੁਰੂ ਅਮਰਦਾਸ ਮਹਾਰਾਜ ਮਿਲ ਜਾਣ ਤੇ ਉਹਨਾਂ ਦੇ ਚਰਨ ਫੜ ਲਈਏ। ਕਹਿੰਦੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਆਪ ਜੀ ਦੇ ਚਰਨਾਂ ਦਾ ਧਿਆਨ ਧਰਦੇ ਆ ਉਹਨਾਂ ਦੇ ਜ਼ਿੰਦਗੀ ਦੇ ਪੈਂਡੇ ਮੁੱਕ ਜਾਂਦੇ ਆ। ਪੈਂਡੇ ਸਮਝਦੇ ਹੋ? ਕਈ ਵਾਰੀ ਬੰਦੇ ਨੂੰ ਕਚਹਿਰੀ ਦਾ ਪੈਂਡਾ ਪੈਣਾ ਹੁੰਦਾ, ਕਈ ਵਾਰੀ ਹਸਪਤਾਲ ਦਾ, ਕਈ ਵਾਰੀ ਪਤਾ ਨੀ ਕਿਹੜੇ ਕਿਹੜੇ ਪੈਂਡੇ ਆਪਣੇ ਕਰਮਾਂ 'ਚ ਲਿਖੇ ਬੇਵਜ੍ਹਾ ਪੈਂਦੇ। ਜਿਹੜੇ ਜਿਹਨਾਂ ਪੈਂਡਿਆਂ ਦੇ ਵਿੱਚ ਆਪਾਂ ਨੂੰ ਜਾਣਾ ਪੈਂਦਾ ਪਰ ਕੋਈ ਲਾਭ ਨਹੀਂ। ਇੱਕ ਪੈਂਡਾ ਬੋਲੀ ਸਾਹਿਬ ਦਾ ਤੁਹਾਡੇ ਘਰ ਤੋਂ, ਇਹ ਤੁਸੀਂ ਰੋਜ਼ ਕਰਦੇ ਆਖੋ ਵਾਹਿਗੁਰੂ, ਸਹੀ ਅੱਗ ਨਹੀਂ? ਤੇ ਕਈਆਂ ਨੂੰ ਰੱਬ ਨੇ ਇੱਦਾਂ ਦੇ ਪੈਂਡੇ ਪਾਇਆ ਜੀ ਵੀ ਸਾਰੀ ਜ਼ਿੰਦਗੀ ਲੰਘ ਗਈ ਪੈਂਡਿਆਂ 'ਚ ਹੀ, ਪੱਲੇ ਕੱਖ ਨਹੀਂ ਪਿਆ। ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਭਉ ਮੁੱਕੈ। ਕਹਿੰਦੇ ਜਿਹੜੇ ਗੁਰੂ ਅਮਰਦਾਸ ਪਿਤਾ ਜੀ ਤੇਰਾ ਧਿਆਨ ਧਰ ਲੈਂਦੇ ਉਹਨਾਂ ਦੇ ਪੈਂਡੇ ਮੁੱਕ ਜਾਂਦੇ, ਭਾਵ ਉਹਨਾਂ ਦੀ ਜ਼ਿੰਦਗੀ ਜਿਹੜੀ ਟਿਕਾਣੇ ਲੱਗ ਜਾਂਦੀ ਹੈ। ਕਹਿਣ ਲੱਗੇ ਗੁਰੂ ਅਮਰਦਾਸ ਜੀ ਆਪ ਜੀ ਨੂੰ ਜਿਹੜਾ ਦਿਲੋਂ ਪਿਆਰ ਕਰਦਾ ਹੈ ਉਹਦੇ ਅੰਦਰੋਂ ਡਰ ਖਤਮ ਹੋ ਜਾਂਦਾ ਤੇ ਜੰਮਣ ਮਰਨ ਦਾ 84 ਦਾ ਗੇੜਾ ਹੀ ਮੁੱਕ ਜਾਂਦਾ ਹੈ। ਕਹਿੰਦੇ ਜੋ ਦੂਜਾ ਭਾਉ ਹੈ ਤਦੋਂ ਦੂਰ ਹੁੰਦਾ ਹੈ ਜਦੋਂ ਮਨੁੱਖ ਗੁਰੂ ਦੇ ਕਥਾ ਸੁਣਦਾ ਤੇ ਪਰਮਾਤਮਾ ਦੀਆਂ ਸਿਫਤਾਂ ਸੁਣ ਸੁਣ ਕੇ। ਜਿਹੜਾ ਦੂਜਾ ਭਾਉ ਕੀ ਹੈ ਮੇਰੇ ਕੰਮ, ਮੇਰਾ ਪਰਿਵਾਰ ਕੀ ਹੋਊਗਾ, ਕੀ ਕਰਾਂਗੇ, ਇਹ ਦੂਜਾ ਭਾਵ ਆ, ਫਿਰ ਸਾਰਾ ਕਲੀਅਰ ਹੋ ਜਾਂਦਾ ਹੈ। ਜਾਂ ਸੁਮੰਤਰ ਮਾਨਵੈ ਲਹਿ, ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੀ ਪਛਾਣ ਕਰ ਲੈਂਦੇ ਫਿਰ ਆ ਕੇ ਨਹਾ ਧੋ ਕੇ ਬੈਠ ਜਾਂਦੇ ਹਨ। ਕਹਿੰਦੇ ਭੱਟ ਸਾਹਿਬ ਜੀ, ਭੱਟ ਜਾਲਪ ਜੀ, ਇਹ 11 ਭੱਟ ਸਾਹਿਬ ਨੇ ਜੀ, ਥੋੜੇ ਜੇ ਦਾਸ ਨੂੰ ਨਾਂ ਯਾਦ, ਬਾਕੀ ਮਹਾਰਾਜ ਦਾ ਖਜ਼ਾਨਾ ਬੇਅੰਤ। ਸਲ ਜੀ, ਭੱਲ ਜੀ, ਨਲ ਜੀ, ਗਿਆਨ ਜੀ, ਮਥੁਰਾ ਜੀ, ਜਾਲਪ ਜੀ, ਹਰਬੰਸ ਜੀ, ਇਸ ਤਰ੍ਹਾਂ ਇਹਨਾਂ ਦੇ ਨਾਮ ਨੇ ਸਾਰਿਆਂ ਦੇ। ਸੋ ਮਹਾਰਾਜ ਸਾਹਿਬ ਨੂੰ ਜਾਲਪ ਜੀ ਕਹਿੰਦੇ। ਜਾਲਪਾ ਕਹਿੰਦੇ ਉਹ ਗੁਰੂ ਦੇ ਪਿਆਰੇ ਉਪਦਾਰ ਛਿੱਤੜੇ, ਕਹਿੰਦੇ ਜਿਹੜੀ ਵੀ ਚੀਜ਼ ਚਾਹੀਦੀ ਗੁਰੂ ਅਮਰਦਾਸ ਡਿੱਠੇ ਮਿਲੇ। ਇਹ ਇਤਿਹਾਸ ਕਹਿੰਦਾ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਆਸਣ ਤੋਂ ਉੱਠਦੇ ਸੀ ਨਾ, ਸਾਰੀ ਰਾਤ ਬੰਦਗੀ ਕਰਕੇ ਜਿਹੜਾ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਦੇ ਸਾਹਮਣੇ ਆ ਜਾਂਦਾ ਸੀ ਨਿਹਾਲ ਹੋ ਜਾਂਦਾ, ਚਾਹੇ ਕੋਈ ਪਸ਼ੂ ਹੋਵੇ ਪੰਛੀ, ਜੀਤੇ ਸਭ ਤੋਂ ਪਹਿਲਾਂ ਮਹਾਰਾਜ ਦੀ ਦ੍ਰਿਸ਼ਟੀ ਪੈਂਦੀ। ਇਸ ਤਰ੍ਹਾਂ ਹੀ ਇੱਕ ਦਿਨ ਬਾਬੇ ਲਾਲੂ ਤੇ ਪਈ। ਇਤਿਹਾਸ ਦੇ ਬਚਨ ਹੈ ਮਹਾਰਾਜ ਆਪਣੇ ਆਸਣ ਤੋਂ ਉੱਠੇ ਤੇ ਬਾਹਰ ਨਿਕਲੇ ਤੇ ਨਿਕਲਦਿਆਂ ਹੀ ਅੱਗੇ ਭਾਈ ਲਾਲੂ ਜੀ ਮਿਲ ਪਿਲ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਘਾ ਕੀ ਨਾਂ ਤੇਰਾ? ਕਹਿੰਦੇ ਮਹਾਰਾਜ ਕਾਹਦੇ ਨਾਂ? ਲੋਕੀ ਲਾਲੂ ਕਹਿੰਦੇ ਆ। ਕਹਿੰਦੇ ਕੀ ਕਰਦਾ? ਜਦੋਂ ਕਿਰਪਾ ਹੁੰਦੀ ਆ, ਆ ਦਰਬਾਰ ਕਿੱਡਾ ਤਕੜਾ ਭਾਈ ਲਾਲੂ ਦਾ, ਦੂਰ ਦੂਰ ਤੱਕ ਸਭ ਸੰਗਤਾਂ। ਕਹਿੰਦੇ ਲਾਲੂ ਨਾਮ ਹੈ ਮਾਰੇ। ਕਹਿੰਦੇ ਕਿੰਨੀ ਤੁਸੀਂ ਇਹ ਸਭ ਲੋਕ ਕਰਮ ਕਿੱਡੇ ਹੋਣਗੇ ਭਾਈ ਲਾਲੂ ਜੀ ਦੇ, ਜਿਹਨੂੰ ਗੁਰੂ ਅਮਰਦਾਸ ਜੀ ਪੁੱਛਦਾ ਹੈ? ਗੁਰੂ ਸਾਹਿਬ ਤਾਂ ਕਿਸੇ ਨੂੰ ਦਰਸ਼ਨ ਦੇ ਦੇਣ, ਐ ਨਦਰ ਹੀ ਭਰ ਦੇਣ। ਉਹਨਾਂ ਕਿਹਾ ਕਿੱਥੋਂ ਆਇਆ ਸਿੱਖਾ? ਕਹਿੰਦੇ ਜੀ ਪਾਰੋਂ ਆਇਆ, ਡੱਲਾ ਪਿੰਡ ਆ। ਤੇ ਕੀ ਕੰਮ ਕਰਦਾ? ਕਹਿੰਦੇ ਦਵਾਈਆਂ ਦਾ, ਦੂਰ ਨੇੜੇ ਉੜੀਸਾ, ਮਹਾਰਾਸ਼ਟਰ, ਰਾਜਸਥਾਨ, ਇਸ ਤਰ੍ਹਾਂ ਦੂਰ ਦੂਰ ਤੱਕ ਦਵਾਈਆਂ ਵੇਚਦਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਕਦੇ ਦੁਆ ਵੀ ਕੀਤੀ? ਕਹਿੰਦੇ ਮਹਾਰਾਜ ਉਹ ਕੀ ਆ? ਕਹਿੰਦੇ ਬੰਦਗੀ। ਕਹਿੰਦੇ ਜਿੱਥੇ ਦਵਾਈਆਂ ਕੰਮ ਨਾ ਕਰਨ ਉੱਥੇ ਬੰਦਗੀ ਕਰਦੀ ਆ। ਕਹਿੰਦੇ ਮਹਾਰਾਜ 7 ਵਜਨ ਅੱਜ ਤੋਂ ਕਰਾਂਗੇ। ਤੇ ਮਹਾਰਾਜ ਕਹਿੰਦੇ ਫਿਰ ਅੱਜ ਤੋਂ ਕਰਾਂਗੇ ਤੇ ਤੁਸੀਂ ਜਾਣਾ ਕਿਤੇ ਨਹੀਂ, ਜਿੱਥੇ ਰਹਿੰਦੇ ਉੱਥੇ ਟਿਕ ਜਾਓ, ਸੰਗਤਾਂ ਤੁਹਾਡੇ ਕੋ ਆਇਆ ਕਰਨਗੀਆਂ। ਏਦਾਂ ਦਾ ਸਮਾਂ ਆਊਗਾ ਤਿਲ ਸੁੱਟਣ ਜਿੰਨੀ ਜਗ੍ਹਾ ਨਹੀਂ ਰਹੂਗੀ। ਇੱਥੇ ਕੁਟੀਆ ਪਾ ਕੇ ਬੈਠੇ ਭਾਈ ਲਾਲੋ ਜੀ, ਉਦੋਂ ਨਹੀਂ ਇੱਦਾਂ ਦੇ ਦਰਬਾਰੀ। ਹਾਂਜੀ, ਤੇ ਉੱਥੇ ਬਚਨ ਲਿਖਿਆ ਵੀ ਸਹਿਜ ਸੁਭਾਏ ਬਚਨ ਗੁਰ ਭਇਆ, ਲਾਲੂ ਰੰਗਣ
रंगिया गया। कहिंदे सहस भाई वचन कढ़े गुरु अमरदास ने ते भाई लालू जी नूं रंग चढ़ गया। सहज सुभाए जिदा जलाई नूं आख्या सहज सुभा हा कमलिए मैं ते गुरु वाला हूं कमली होगी। जेडे रब दे प्यारे होंदे सहज सुभा ही वचन कर देंदे। जे कहना जाओ तेरा भला हो गया ही हो जाता। जे कह दे जा ओए तू राजा बन गया बन जाता ही। जे साधु कह दे जा ओए तू तर गया तर गया। सो साध संगत जी इस करके साध संगत जी महाराज कृपा कर दे सहज सुभाए वचन गुर पया लालू रंगन रंगिया गया। रंग ही ना कि चढ़ाता अजे तक रंग वरतन दिया भाई लालू मुका ही नहीं। भाई लालू जी बड़ी वड्डी मंजी बख्शिश की आ। धन गुरु अमरदास महाराज ने 12 साल गागर सेवा सिमरन किया। अज दे दिन जदों गुरता गद्दी मारे गागर लैके डिगे ते अगले दिन मारे कहिंदे आ जाओ पुरख जी असी वेंदे सी तुसी गागर नूं छड़दे ही नहीं। दिने रात सीने नाल लाई फिरदे सेवा करदे। अज गागर सीने तो दूर होई थोड़ी जी जगह बची उच असी समावांगे। मारे ने गल ना ला के बाबा बुढ़ा जी हुणी हाजिर सी इत्थों तक भाई पारो जी परमहंस भी उत्थे सी आखो सतनाम क्योंकि वह गुरु अंगद साहब दे सिख ना है। उदन ही मारे ने कहा सी भाई पारो गोइंदवाल आउंदा रही सिर चुकाउंदा रही तू आंदा सी मैनू पार कर दियो जा भव सागर तों पार हो जाएगा। सरोपा दे के ताज पोछी होई संगतां फुल वरसाए मर परियां मंगल गाए बापू की जय जयकार होई ते गुरता गद्दी का तिलक अज दे दिन लगा। धन मेरे गुरु अमरदास महाराज नूं नाले 12 वर दिते। वो किहड़े सी नमाणियां दे नेताणियां दे नियोटियां दी निपत्यां दी निछत्यां दी नित्रिहां दी नियासरिहां गई बहोड़ भन्नण घड़न समर्थ रिजक दी कुंजी सर्व कला। इस तरह 5 बख्शिशां विद्वानां ने थोड़ा थोड़ा फर्क पा के भी लिखियां पर 12 बख्शिशां मिल गईयां। 12 सालां च मारे कहिंदे जाओ गोइंदवाल गोविंदपुरी समझलन तीर विपास बनायो गयो दुख दूर बरखन को सो गुरु मुख देख गरु सुख पायो। मारे नूं बड़ा प्यार मिल गया। वो प्यार फिर इत्थे 4 मंजियां दे आपां नूं वी मिलिया। अजे तक गुरु अमरदास महाराज दा प्यार भर भर के झोलियां संगतां लिजा रहियां है। आपां वी प्यार माणिया भुल्लां चुक्कां माफ। 5 मिंट सिमरन करियो सेवा करके जाणी। लकड़ां कट्ठियां करनियां 5 मिंट ला लियो 4 ला लियो 2 भावें 2 लकड़ां ही सुट्टियो। अज तरस कीता है गुरु अमरदास ने उन्हां 12 साल लकड़ां ढोईयां आपां 12 मिंट ही ला दियो। वाहिगुरू 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 बख्शी गुर मेरिया सेवा ते सिमरन दोवें बख्शी गुर मेरिया सेवा ते सिमरन दोवें बख्शी गुर मेरिया सेवा ते सिमरन दोवें बख्शी गुर मेरिया सेवा ते सिमरन दोवें
गुरे अमरदास की अकथ कथा है, गुरे अमरदास की अकथ कथा है। एक जी कछ कही ना जाई, एक जी कछ कही ना जाई। बड़ा तरस किया, भाव संगतां धन हो, तुहाडा प्यार धन है। महापुरख कहिंदे जिन्हें सिखना ना अपनी पैरां दी जुत्ती तो सिख लो। कहिंदे ओह किवें? कहिंदे जुत्ती तुसीं बाहर ला के आए, वह बाहर बैठी तुहाडी उडीक करदी है, धुप्पे पई आ। कदों मेरा मालक आवे ते मैनू पैरी, ते जदों तुसीं इहनू पैरी पाउणे आ ते जिन्ने कंडे आउंदे उहनां नूं ओह झलदी, कच्च दे टुकड़िआं नूं ओह झलदी। तत्ती छड़क सड़दी पई, पैर नंगा नहीं, जुत्ती सड़के अपने मालक नूं ठंड दिंदी, रोड़े आप झलदी। कहिंदे जुत्ती तां सिख ला, अपने मालक वास्ते पाट जांदी, टुट जांदी, लीरां हो जांदी, पर मालक दे पैरां नूं दुख नहीं दिंदी। ओए तूं अपने मालक नूं क्यों दुख दिंदा है? कातों नहीं गुरु की सिक्ख्या मानदा? कदे तू भी डीकिया गुरु नूं? तेरे नालों तपनी हां चंगी पैरां दी जुत्ती, जेड़ी मालक नूं धुप्पे बह के डीकन दी भी कथा दा भोग पिया मैनूं पावे। तू कदे अपने मालक नूं डीकिया ही? कदे याद कीता ही? गुरमुखो सिखण लई बड़ा कुछ सिखदे, रुखां तों सिख सकदे। फरीद साहब टुटे पत्तियां नूं वेख के कहिंदे रुत फिरी बण कंबिया, पत्त झड़े झड़ पाए, चारे कुंडा ढूंडियां रहण कठाऊ। कहिंदे टुटे पत्ते पए सी, फरीद साहब वेख के अखां भर आए। कहिंदे पत्ते आवाज मार के कहिंदे फरीदा एक वारी जोड़ दे। फरीद साहब कहिंदे मैं चारे पासे आवाज मारी भी कोई हल है? टुटे हुए पत्ते दोबारा जुड़ जाण, जवाब आया ना। साडा गुरु ते फिर भी मौका देंदा कि आ जा सही प्यारे मेल। नानक नाम चढ़दी कला।